ਕਿ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਬ੍ਰਿੰਦਰ ਸਿੰਘ son of ਤਲਵਿੰਦਰ ਸਿੰਘ ਪਿੰਡ ਢਾਬੀ ਗੁਜਰਾ ਧਨਵਾਸੀਆਂ ਮੈਂ ਮੈਂ ਸਰਕਾਰ ਨੂੰ ਇੱਕ ਅਪੀਲ ਕਰਨਾ ਚਾਹਨਾ ਵੀ ਸਾਡੇ ਸ਼ਹਿਰ ਖਨੌਰੀ ਦੇ ਵਿੱਚ ਕੈਥਲ ਤਹਾਣਾ ਨਰਮਾਣੇ ਤੋਂ ਜੀਐਸਟੀ ਚੋਰੀ ਕਰਕੇ ਦੋ ਨੰਬਰ ਦਾ ਮਾਲ ਆਂਦਾ ਜਿਵੇਂ ਕਿ ਕਰਿਆਨਾ ਬੀੜੀ ਜਰਦਾ ਤਮਾਕੂ ਇਹ ਗੱਡੀਆਂ ਆ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦੀਆਂ ਨੇ ਜੋ ਕਿ ਮੈਂ ਬਾਬਾ ਜੀਆਂ ਨੂੰ ਦੋ ਤਿੰਨ ਵਾਰ ਜਾ ਕੇ ਪੰਚਾਇਤ ਲੈ ਕੇ ਆਪ ਕਹਿ ਕੇ ਆਏ ਵੀ ਬਾਬਾ ਜੀ ਇਹ ਠੀਕ ਨਹੀਂ ਹੈਗਾ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਹਲੇ ਤੱਕ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਜੀਐਸਟੀ ਜਿੰਨੀ ਇਹ ਚੋਰੀ ਕਰਦੇ ਨੇ ਇਹਨਾਂ ਤੇ ਛੇਤੀ ਤੋਂ ਛੇਤੀ ਨਕੇਲ ਪਾਈ ਜਾਵੇ ਜਦੋਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਰੇ ਕਿਹਾ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਇੱਕ ਦੋ ਵਾਰ ਇਹਨਾਂ ਨੂੰ ਸਮਝਾਇਆ ਪਰ ਉਹ ਕੁਝ ਨਹੀਂ ਸਮਝਦੇ ਇਹਨਾਂ ਦੇ ਵਿੱਚ 5-7 ਬੰਦੇ ਨੇ ਜਿਵੇਂ ਕਿ ధਨੀ RAM ਹੈ ਕਾਕਾ ਪ੍ਰਧਾਨ ਹੈ ਇੱਕ ਰਾਹੁਲ ਕਰੈਨੇ ਵਾਲਾ ਹੈ ਇੱਕ ਮਿੱਠਨ ਹੈ ਇੱਕ ਪ੍ਰੀਤਮ ਹੈ ਇੱਕ ਸੀਬਾ ਇਹ ਪੰਜ ਛੇ ਬੰਦੇ ਕਹਿੰਦੇ ਨੇ ਗੁਰਦੁਆਰੇ ਵਾਲੇ ਕੁਝ ਨਹੀਂ ਕਹਿੰਦੇ ਤੁਸੀਂ ਲਾਓ ਅਸੀਂ ਤੁਹਾਡੇ ਨਾਲ ਆ ਜੋ ਕਿ ਇਹ 6 7 ਮੰਝੇ ਰੋਜ਼ ਦਾ ਬਹੁਤ ਟੈਕਸ ਚੋਰੀ ਕਰ ਰਹੇ ਨੇ ਸਰਕਾਰ ਨੂੰ ਚੂਨਾ ਲਾ ਰਹੇ ਨੇ ਮੈਂ ਸਰਕਾਰ ਅੱਗੇ ਫਿਰ ਬੇਨਤੀ ਕਰਦਾ ਵੀ ਇਹਨਾਂ ਤੇ ਛੇਤੀ ਤੋਂ ਛੇਤੀ ਨਕੇਲ ਪਾਈ ਜਾਵੇ ਜਿਹੜੀਆਂ ਗੱਡੀਆਂ ਜਾਂ ਸਾਧਨ ਤੁਸੀਂ ਕਹਿੰਦੇ ਵੀ ਗੁਰਦੁਆਰਾ ਸਾਹਿਬ ਦੇ ਖੜਦੇ ਨੇ ਉਹਨਾਂ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈ ਹਾਂਜੀ ਮੇਰੇ ਕੋਲੇ ਵੀਡੀਓ ਹੈਗੀਆਂ ਨੇ ਬਣਾਈਆਂ ਹੋਈਆਂ ਟਰਾਲੀਆਂ ਦੀ ਵੀ ਗੱਡੀਆਂ ਦੀ ਵੀ ਮੇਰੇ ਕੋਲ ਸਾਰਾ ਕੁਝ ਹੈ ਮੈਂ ਤੁਹਾਨੂੰ ਮੀਡੀਆ ਅੱਗੇ ਦਿਖਾਉਣਾ ਚਾਹੁੰਦਾ ਜੇ ਦੇਖਣਾ ਤਾਂ ਦੇਖ ਲਓ ਮੇਰੇ ਕੋਲ ਸਭ ਕੁਝ ਹੈ ਗਿਆ ਇਹ ਟਹਾਣਾ ਨਰਮਾਣੇ ਤੋਂ ਜੀਐਸਟੀ ਚੋਰੀ ਕਰਕੇ ਦੋ ਨੰਬਰ ਦਾ ਮਾਲ ਆਂਦਾ ਹੈ ਜਿਵੇਂ ਕਿ ਕਰਿਆਨਾ ਬੀੜੀ ਜਰਦਾ ਤਮਾਕੂ ਇਹੇ ਗੱਡੀਆਂ ਆ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦੀਆਂ ਨੇ ਜੋ ਕਿ ਮੈਂ ਬਾਬਾ ਜੀਆਂ ਨੂੰ ਦੋ ਤਿੰਨ ਵਾਰ ਜਾ ਕੇ ਪੰਚਾਇਤ ਲੈ ਕੇ ਆਪ ਕਹਿ ਕੇ ਆਏ ਵੀ ਬਾਬਾ ਜੀ ਇਹ ਠੀਕ ਨਹੀਂ ਹੈਗਾ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਹਲੇ ਤੱਕ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਜੀਐਸਟੀ ਜਿੰਨੀ ਇਹ ਚੋਰੀ ਕਰਦੇ ਨੇ ਇਹਨਾਂ ਦੇ ਦਾ ਛੇਤੀ ਤੋਂ ਛੇਤੀ ਨਿਕਲ ਪਾਈ ਜਾਵੇ ਜਦੋਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲੇ ਕਿਹਾ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਇੱਕ ਦੋ ਵਾਰ ਇਹਨਾਂ ਨੂੰ ਸਮਝਾਇਆ ਪਰ ਉਹ ਕੁਝ ਨਹੀਂ ਸਮਝਦੇ ਇਹਨਾਂ ਦੇ ਵਿੱਚ ਪੰਜ ਸੱਤ ਬੰਦੇ ਨੇ ਜਿਵੇਂ ਕਿ ధਨੀ RAM ਹੈ ਕਾਕਾ ਪ੍ਰਧਾਨ ਹੈ ਇੱਕ ਰਾਹੁਲ ਕਰਾਨੇ ਵਾਲਾ ਹੈ ਇੱਕ ਮਿੱਠਨ ਹੈ ਇੱਕ ਪ੍ਰੀਤਮ ਹੈ ਇੱਕ ਸੀਬਾ ਹੈ ਇਹ ਪੰਜ ਛੇ ਬੰਦੇ ਕਹਿੰਦੇ ਨੇ ਗੁਰਦੁਆਰੇ ਵਾਲੇ ਕੁਝ ਨਹੀਂ ਕਹਿੰਦੇ ਤੁਸੀਂ ਲਾਓ ਅਸੀਂ ਤੁਹਾਡੇ ਨਾਲ ਆ ਜੋ ਕਿ ਇਹ 6-7 ਮੰਝੇ ਰੋਜ਼ ਦਾ ਬਹੁਤ ਟੈਕਸ ਚੋਰੀ ਕਰ ਰਹੇ ਨੇ ਸਰਕਾਰ ਨੂੰ ਚੂਨਾ ਲਾ ਰਹੇ ਨੇ ਮੈਂ ਸਰਕਾਰ ਅੱਗੇ ਫਿਰ ਬੇਨਤੀ ਕਰਦਾ ਵੀ ਇਹਨਾਂ ਤੇ ਛੇਤੀ ਤੋਂ ਛੇਤੀ ਨਕੇਲ ਪਾਈ ਜਾਵੇ ਜਿਹੜੀਆਂ ਗੱਡੀਆਂ ਜਾਂ ਸਾਧਨ ਤੁਸੀਂ ਕਹਿੰਦੇ ਗੁਰਦੋਰਾ ਸਾਹਿਬ ਦੇ ਖੜਦੇ ਨੇ ਉਹਨਾਂ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈ ਹਾਂਜੀ ਮੇਰੇ ਕੋਲੇ ਵੀਡੀਓ ਹੈਗੀਆਂ ਨੇ ਬਣਾਈਆਂ ਹੋਈਆਂ ਟਰਾਲੀਆਂ ਦੀ ਵੀ ਗੱਡੀਆਂ ਦੀ ਵੀ ਮੇਰੇ ਕੋਲ ਸਾਰਾ ਕੁਝ ਹੈ ਮੈਂ ਤੁਹਾਨੂੰ ਮੀਡੀਆ ਅੱਗੇ ਦਿਖਾਉਣਾ ਚਾਹੁੰਦਾ ਜੇ ਦੇਖਣਾ ਤਾਂ ਦੇਖ ਲਓ ਮੇਰੇ ਕੋਲ ਸਭ ਕੁਝ ਹੈਗਾ ਇਹ